ਪਿਛਲੇ ਦਿਨੀ ਆਮ ਆਦਮੀ ਪਾਰਟੀ ਦੀ ਹੋਈ ਪੰਜਾਬ ਪੱਧਰੀ ਰੈਲੀ ਉਪਰੰਤ ਇੱਕ ਅਕਾਲੀ ਕੌਂਸਲਰ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਪਰ ਕੀਤੇ ਕਾਤਲਾਨੇ ਹਮਲੇ ਦੇ ਸਬੰਧ 'ਚ ਮਾਮਲਾ ਉਸ ਵੇਲੇ ਗਰਮਾ ਗਿਆ ਜਦੋਂ ਸਮੂਹ ਆਪ ਆਗੂਆਂ ਅਤੇ ਵਰਕਰਾਂ ਨੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਦੀ ਅਗਵਾਈ ਹੇਠ ਨਵੀਂ ਦਾਣਾ ਮੰਡੀ ਅਤੇ ਸ਼ਹਿਰ ਵਿੱਚ ਸ਼ਾਂਤੀਪੂਰਵਕ ਰੋਸ ਮਾਰਚ ਕੀਤਾ। ਇਸ ਰੋਸ ਮਾਰਚ ਦੀ ਅਗਵਾਈ ਕਰ ਰਹੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ, ਆਪ ਦੀ ਕੈਨੇਡਾ ਕਨਵੀਨਰ ਜਸਕੀਰਤ ਕੌਰ ਮਾਨ, ਬਲਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਅਕਾਲੀ ਦਲ ਹੁਣ ਆਪਣੀ ਕੁਰਸੀ ਜਾਂਦੀ ਵੇਖ ਕੇ ਬੁਖਲਾ ਗਿਆ ਅਤੇ ਦਿਨੋ ਦਿਨ ਆਪ ਦਾ ਵੱਧ ਰਿਹਾ ਆਧਾਰ ਦੇਖ ਕੇ ਘਬਰਾ ਗਿਆ, ਜਿਸ ਕਰਕੇ ਬਾਘਾ ਪੁਰਾਣਾ ਵਿਖੇ ਪਿਛਲੇ ਦਿਨੀ ਉਨ੍ਹਾਂ ਨੇ ਵਰਕਰਾਂ ਉੱਪਰ ਜਾਨਲੇਵਾ ਹਮਲਾ ਕਰਵਾਇਆ। ਪਰੰਤੂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਬਹੁਤ ਹੌਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਇਹ ਸਾਫ਼ ਜ਼ਾਹਿਰ ਹੈ ਕਿ ਇਸ ਵਿੱਚ ਸੱਤਾਧਾਰੀ ਪਾਰਟੀ ਦਾ ਪੁਲਿਸ ਉੱਪਰ ਦਬਾਅ ਜ਼ਰੂਰ ਬਣਿਆ ਹੋਇਆ। ਜਿਹੜਾ ਅੱਜ ਦਾ ਰੋਸ ਮਾਰਚ ਹੈ ਜੀ, ਇਹ ਜਿਹੜਾ ਪਿਛਲੇ ਦਿਨੀ ਹਮਲਾ ਹੋਇਆ ਸੀ ਸਾਡੀ ਦੁਕਾਨ ਉੱਪਰ ਵਰਕਰਾਂ ਦੇ ਆ ਕੇ, ਉਹਦੇ ਬਾਬਤ ਹੈ ਜੀ ਅੱਜ ਜਿਹੜਾ ਰੋਸ ਮਾਰਚ ਕੱਢ ਰਹੇ ਹਾਂ, ਕਿਉਂਕਿ ਜਿਹੜੀਆਂ ਪੁਲਿਸ ਨੇ ਧਾਰਾਵਾਂ ਉਹ ਬਿਲਕੁਲ ਕਮਜ਼ੋਰ ਲਾਈਆਂ ਸੀ। 307 ਨਹੀਂ ਲਾਈ, ਨਾ 450 ਲਾਈ ਹੈ ਅਤੇ ਨਾ 326 ਲਾਈ ਹੈ। ਇਹ ਧਾਰਾਵਾਂ ਬਣਦੀਆਂ ਸੀ, ਇਹ ਲਾਉਣੀਆਂ ਚਾਹੀਦੀਆਂ ਸੀ, ਪਰ ਪੁਲਿਸ ਨੇ ਆਪਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹ ਜਿਹੜੀਆਂ ਧਾਰਾਵਾਂ ਲਾਈਆਂ ਨਹੀਂ। ਅਸੀਂ ਇਹੀ ਅੱਜ ਦਾ ਰੋਸ ਮਾਰਚ ਪੂਰੇ ਸ਼ਹਿਰ ਵਿੱਚ ਸ਼ਾਂਤਮਈ ਕੱਢ ਰਹੇ ਹਾਂ ਅਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜੀਆਂ ਧਾਰਾਵਾਂ ਲੱਗਣੀਆਂ ਚਾਹੀਆਂ ਤਾਂ ਕਿ ਜਿਹੜਾ ਦੋਸ਼ੀ ਆ ਉਹ ਬਾਹਰ ਨਾ ਆ। ਸਾਡੀ ਪਾਰਟੀ ਵੱਲੋਂ ਜੀ 72 ਘੰਟਿਆਂ ਦਾ ਜਿਹੜਾ ਅਲਟੀਮੇਟਮ ਦਿੱਤਾ ਜਾਊਗਾ, ਅਗਰ ਜੇ 72 ਘੰਟਿਆਂ ਵਿੱਚ ਕੋਈ ਕਾਰਵਾਈ ਪੁਲਿਸ ਵੱਲੋਂ ਨਾ ਹੋਈ ਤਾਂ ਜਿਹੜੀ ਸਾਡੀ ਪੰਜਾਬ ਲੀਡਰਸ਼ਿਪ ਹੈ ਉਹ ਕੋਈ ਕਰੜੇ ਫੈਸਲੇ ਲਊਗੀ ਅਤੇ ਆਉਣ ਵਾਲੇ ਸਾਨੂੰ 72 ਘੰਟਿਆਂ ਵਿੱਚ ਦੱਸੂਗੀ ਵੀ ਕਿ ਅਸੀਂ ਕਰਨਾ ਕੀ। ਇਹਦੇ ਵਿੱਚ ਪਰਚਾ ਦਰਜ ਹੋਇਆ 11 ਨੰਬਰ ਕਹਿਣਾ ਚਾਹੁੰਦੀ ਵੀ ਬਹੁਤ ਦੁੱਖ ਵਾਲੀ ਗੱਲ ਹੈ ਜਿਹੜਾ ਉਦੋਂ 11 ਤਰੀਕ ਨੂੰ ਵਾਹਗਾ ਪੁਰਾਣਾ ਕੁਛ ਵਾਲੰਟੀਅਰ ਦੇ ਉੱਪਰ ਇਸ ਤਰ੍ਹਾਂ ਹਮਲਾ ਹੋਣਾ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਹਾਲੇ ਤੱਕ ਜਿਸ ਤਰ੍ਹਾਂ ਦੀਆਂ ਉਹਨਾਂ ਦੇ ਉੱਪਰ ਧਾਰਾਵਾਂ ਲੱਗਣੀਆਂ ਚਾਹੀਦੀਆਂ ਸੀ ਉਹ ਧਾਰਾਵਾਂ ਹਾਲੇ ਤੱਕ ਉਹਨਾਂ ਦੇ ਉੱਪਰ ਨਹੀਂ ਲੱਗੀਆਂ। ਸ਼ਰੇਆਮ ਇੰਨੀ ਗੁੰਡਾ ਕਰਦੀ ਹੈ, CCTV ਕੈਮਰਾਸ ਲੱਗੇ ਹੋਏ ਸੀ, ਆਈਡੈਂਟੀਫਾਈ ਵੀ ਹੋਏ ਨੇ ਅਤੇ ਜਿਹੜਾ ਇੱਕ ਬੰਦਾ ਆਲਰੇਡੀ ਫੜਿਆ ਗਿਆ ਉਹ ਅਕਾਲੀਆਂ ਦਾ ਹੀ MP ਦੱਸਿਆ ਗਿਆ, ਪਰ ਹਾਲੇ ਤੱਕ ਜੋ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਸੀ ਉਹ ਕਾਰਵਾਈ ਨਹੀਂ ਹੋਈ। ਸੋ ਇਸ ਕਰਕੇ ਅੱਜ ਵਾਲੰਟੀਅਰ ਸੱਦੇ ਇਕੱਠੇ ਹੋਏ ਨੇ ਪ੍ਰੋਟੈਸਟ ਕਰਨ ਦੇ ਲਈ ਗਵਰਨਮੈਂਟ ਦੇ ਖਿਲਾਫ਼। ਸੋ ਅਸੀਂ ਉਮੀਦ ਕਰਦੇ ਹਾਂ ਵੀ ਇਹਦੇ ਉੱਪਰ ਜਲਦ ਤੋਂ ਜਲਦ ਕੋਈ ਨਾ ਕੋਈ ਕਾਰਵਾਈ ਕੀਤੀ ਜਾਊਗੀ। ਤੁਸੀਂ ਕੈਨੇਡਾ ਦੇ ਕਨਵੀਨਰ ਹੋ ਜੀ, ਇੱਥੋਂ ਦੀ ਰਾਜਨੀਤੀ ਅਤੇ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਕਿੰਨਾ ਕੀ ਅੰਤਰ ਸਮਝਦੇ ਹੋ? ਇਹੀ ਅੰਤਰ ਸਭ ਤੋਂ ਵੱਡਾ ਹੈ ਜੀ, ਜਿਹੜੇ ਵੀ ਜਿਹਦੇ ਕਰਕੇ ਉਹਨਾਂ ਨੂੰ ਬਖਲਾਹਟ ਦੇ ਕਰਕੇ ਵਾਲੰਟੀਅਰਸ ਨੂੰ ਮੁੰਡਿਆ ਗਿਆ, ਇਹ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ ਕਿਉਂਕਿ ਇਹ ਲੜਾਈ ਮੁੱਦਿਆਂ ਦੀ ਲੜਾਈ ਹੈ, ਇਹ ਸਿਸਟਮ ਨੂੰ ਬਦਲਣ ਦੀ ਲੜਾਈ ਹੈ। ਸੋ ਹਰ ਪਾਰਟੀ ਨੂੰ ਹੱਕ ਹੈ ਆਪਣੇ ਆਪਣੇ ਵਿਚਾਰ ਰੱਖਣ ਦੀ, ਡਿਬੇਟ ਕਰਨ ਦੀ, ਕੋਈ ਹੈਲਥੀ ਕਨਵਰਸੇਸ਼ਨ ਡਿਬੇਟ ਕਰਨ, ਰਾਈਟ, ਉਹਦੇ ਉੱਪਰ ਡਿਸਕਸ਼ਨ ਕਰਨ, ਨਾ ਕਿ ਜੇ ਤੁਹਾਡੇ ਕੋਲ ਕੋਈ ਮੁੱਦਾ ਹੈ ਨਹੀਂ ਗਾ ਤਾਂ ਫੜ ਕੇ ਵਾਲੰਟੀਅਰਸ ਨੂੰ ਥੋੜ੍ਹੀ ਕੁੱਟਣਾ ਸ਼ੁਰੂ ਕਰ ਦੇਣਾ। ਇਹੀ ਉਸ ਸਿਸਟਮ, ਇਸੇ ਸਿਸਟਮ ਦੇ ਲਈ ਅਸੀਂ NRIs ਵੀ ਪੂਰਾ ਯੋਗਦਾਨ ਪਾ ਰਹੇ ਹਾਂ ਵੀ ਸਾਡੇ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਸਿਸਟਮ ਹੋਵੇ ਕਿ ਜਿਹਦੇ ਵਿੱਚ ਉਹ ਕਰਪਸ਼ਨ, ਗੁੰਡਾਗਰਦੀ ਦੂਰ ਹੋਵੇ ਅਤੇ ਵਧੀਆ ਡਿਵੈਲਪ ਕੰਟਰੀਜ਼ ਵਰਗਾ ਸਿਸਟਮ ਆਵੇ। ਜੇ ਕੋਈ ਬੰਦਾ ਕੋਈ ਗਲਤ ਕੰਮ ਕਰਦਾ ਤਾਂ ਉਹਦੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਬੰਦਿਆਂ ਉੱਤੇ 307 ਦੀ ਧਾਰਾ ਲੱਗਣੀ ਚਾਹੀਦੀ ਸੀ, ਉਹ ਨਹੀਂ ਲੱਗੀ, ਕਿਉਂਕਿ ਜੇ ਗੋਲੀ ਵੱਜਦੀ ਤਾਂ ਸਿੱਧਾ ਖਤਮ ਸੀ, 302 ਦੀ ਧਾਰਾ ਸੀ, ਅਤੇ ਜੇ ਗੋਲੀ ਚੱਲੀ ਹੈ ਤਾਂ ਮਾਰਨ ਵਾਸਤੇ ਚਲਾਈ ਗਈ ਹੈ। ਇਹ ਜਿਹੜਾ ਨਿਯਮ ਨੇ ਇੰਡੀਅਨ ਪੀਨਲ ਕੋਡ ਦੇ, ਮੈਂ ਵਕਾਲਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਰਿਹਾ ਅਤੇ ਮੈਨੂੰ ਇਸ ਸਾਰੇ ਜਿਹੜੇ ਹੈ ਪੀਨਲ ਕੋਡ ਨੇ ਉਹਨਾਂ ਦਾ ਗਿਆਨ ਹੈ, ਇਹ ਨਹੀਂ ਮੈਂ
ਇਹਦੇ ਜਿਹੜੇ ਪ੍ਰੋਟੈਸਟ ਜਾਹਰ ਕਰਨ ਵਾਸਤੇ ਅਸੀਂ ਇਹ ਅੱਜ ਸਾਰੇ ਸਾਡੇ ਲੋਕ ਸਾਡੇ ਵਲੰਟੀਅਰ ਜਿਹੜੇ ਬੜੇ ਜੁਝਾਰੂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਨੂੰ ਇਹਦੀ ਵਿਚਾਰਧਾਰਾ ਨੂੰ ਇਹਦੀ ਰਣਨੀਤੀ ਨੂੰ ਇਹਦੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹਨੂੰ ਬਹੁਤ ਅੱਛੀ ਤਰ੍ਹਾਂ ਸਮਝਦੇ ਨੇ ਅਤੇ ਉਹ ਇਹਨਾਂ ਦੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਹੱਥ ਕੱਲੇ ਉਹਨਾਂ ਦੇ ਗੇੜ 'ਚ ਨਹੀਂ ਹੋਣ ਵਾਲੇ ਇਹ ਸਾਡਾ ਅੱਜ ਦਾ ਪ੍ਰੋਟੈਸ ਸਰ ਜੇਕਰ ਕਾਰਵਾਈ ਨਹੀਂ ਹੁੰਦੀ ਫਿਰ ਅਗਲਾ ਪ੍ਰੋਗਰਾਮ ਕੀ ਹੋਊਗਾ ਜੇ ਕਾਰਵਾਈ ਨਹੀਂ ਹੁੰਦੀ ਤਾਂ ਅਗਲਾ ਪ੍ਰੋਗਰਾਮ ਅਸੀਂ ਜਾਰੀ ਰੱਖਾਂਗੇ ਪਾਰਟੀ ਦੀ ਆਪਦੀ ਸਟ੍ਰੈਟਜੀ ਦੇ ਮੁਤਾਬਕ ਕਿੱਥੇ ਕਿਵੇਂ ਕਰਨਾ ਹੈ ਪਰ ਅਸੀਂ ਇਹ ਜਾਣਦੇ ਹਾਂ ਅਸੀਂ ਕਦੇ ਵੀ ਪਹਿਲ ਨਹੀਂ ਕਰਾਂਗੇ ਸਾਡੀ ਪਾਰਟੀ ਨੌਨ ਵਾਇਲੈਂਸ ਵਿੱਚ ਵਿਸ਼ਵਾਸ ਰੱਖਦੀ ਹੈ ਸਾਡੀ ਪਾਰਟੀ ਅਹਿੰਸਾ ਵਿੱਚ ਵਿਸ਼ਵਾਸ ਰੱਖਦੀ ਹੈ ਅਸੀਂ ਬਕਾਇਦਾ ਪਰਮਿਸ਼ਨ ਲੈ ਕੇ ਬਕਾਇਦਾ ਜਮ੍ਹਾਂ ਕਰਾ ਕੇ ਫੀਸਾਂ ਬਕਾਇਦਾ ਜਿਹੜੀ ਸਾਡੇ ਪ੍ਰਸ਼ਾਸਨ ਹੈ ਉਹਦੀ ਆਗਿਆ ਨਾਲ ਇਹ ਸਾਰੀਆਂ ਜਿਹੜੀਆਂ ਰੈਲੀਆਂ ਕਰਦੇ ਹਾਂ ਪਰ ਇਹ ਰੈਲੀਆਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਇਸ ਲਈ ਸਾਡੇ ਘਰਾਂ 'ਤੇ ਹਮਲਾ ਕਰਕੇ ਇਹਨਾਂ ਰੈਲੀਆਂ ਬੰਦ ਕਰਨ ਦੀ ਕੋਸ਼ਿਸ਼ ਕਰਦੇ ਨੇ ਅਸੀਂ ਪਾਰਟੀ ਦੀ ਨਵੀਂ ਸਟ੍ਰੈਟਜੀ ਬਣਾ ਕੇ ਅਗਲਾ ਪ੍ਰੋਗਰਾਮ ਬਣਾਵਾਂਗੇ ਇਹ ਇੱਥੇ ਰੁਕਾਂਗੇ ਨਹੀਂ ਕਿਉਂਕਿ ਅਸੀਂ ਜਿੰਨਾ ਚਿਰ ਆਉਣ ਵਾਲੀਆਂ ਇਲੈਕਸ਼ਨਾਂ ਨਹੀਂ ਹੁੰਦੀਆਂ ਅਸੀਂ ਇਹਨਾਂ ਨੂੰ ਸਭ ਤੋਂ ਪਾਸੇ ਨਹੀਂ ਕਰ ਦਿੰਦੇ ਉਹਨਾਂ 'ਚ ਸਾਡੀ ਪਾਰਟੀ ਦੀ ਜੋ ਸਾਖ ਹੈ। ਮੋਗਾ ਤੋਂ ਸਭਾਜੀਤ ਪੱਪੂ ਦੇ ਨਾਲ ਕੁਲਦੀਪ ਘੋਲੀਆ ਦੀ ਰਿਪੋਰਟ ਪਹਿਰੇਦਾਰ ਟੀਵੀ।